स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं ये शहर तलवंडी भाई फिरोजपुर जिले का ये शहर फरीदकोट तो श्री अमृतसर नूं जिहड़ी सड़क जाती है जिहड़ा रोड जाता दोस्तों उस दे उत्ते ये शहर आउंदा। जिहड़े घर चों वीडियो बना रहे हैं भाई व्यापार का कम करता तो इत्थे रूटीन च पशु विक्री वाले जिहड़े वो आउंदे रहिंदे आ। अज की वीडियो तीन नाग दिखाऊंगा जिद एक गां ताजी सूई भी है ये नाल मज जी भी बिल्कुल ताजी सूई दिसदी है तो एक गब्बण गां तीन नाग है। तुम वीडियो एंड तक देखो थोनू जिहड़ा पशु चंगा लगे वो तसली आके कर लो जी तो आपकी समझ के नाल सौदा वीर नाल ला लो। आओ गलबात बाई ने करते हैं दसो तो पहला गब्बण जी मज गां ये तो आप शुरुआत करते हैं। ਕਲਦੀਪ ਭਾਈ ਸਤਿ ਸ਼੍ਰੀ ਅਕਾਲ। ਕਲਦੀਪ ਭਾਈ ਪਹਿਲੇ ਨੰਬਰ ਤੇ ਗਾਂ ਕਿੰਨਾ ਸੂਆ? ਦੂਜਾ ਸੂਆ ਭਾਈ। ਦਿਨ ਕਿੰਨੇ ਲਊ? ਇਹ 10 ਦਿਨ ਪਏ ਭਾਈ। ਰੇਟ ਇਹਦਾ ਕੀ ਰਹੂ? 40,000 ਦੇ। 46 40 40 40,000 ਤੋਰੀ ਮੇਰੀ ਨੂੰ। ਸੋ ਦੋਸਤੋ 10 ਦਿਨਾਂ ਦੀ ਕੱਚੀ ਹੈ ਤੇ 40,000 ਰੇਟ ਹੈ। ਹਵਾਨਾ ਉਮੀਦ ਹੈ 10 ਦਿਨਾਂ ਚ ਬਹੁਤ ਸੋਹਣਾ ਬਣਾ ਜੂਗੀ। ਥੋੜੀ ਕ੍ਰਾਸ ਬਰੀਡ ਗਾਂ ਦੁੱਧ ਵਾਸਤੇ ਗਰਮੀ ਦੀ ਰੁੱਤ ਚ ਚੰਗੀ ਰਹੂਗੀ। ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ 40,000 ਦਾ ਰੇਟ ਹੈ। ਮਾਨ ਤਨ ਹੋਊਗਾ ਮੌਕੇ ਤੇ। ਬਾ ਮੋੜ ਲਓ ਭਾਈ। ਢਾਂਚਾ ਸੋਹਣਾ ਦੋਸਤੋ ਤੇ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਉਹ ਤੁਸੀਂ ਦੇਖ ਹੀ ਸਕਦੇ। ਠੀਕ ਹੈ ਵੀਰੇ ਕਮਾਲ। ਸੋ ਇਹ ਪਹਿਲੇ ਨੰਬਰ ਤੇ ਦੋਸਤੋ ਗਾਂ 40,000 ਇਹਦਾ ਰੇਟ ਹੈ ਅੱਜ ਦੇ ਹਿਸਾਬ ਤੇ। ਜਿਹਨੂੰ ਪਸੰਦ ਆਵੇ ਤਾਂ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ। ਇਹ ਤੋਂ ਅੱਗੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਇਹ ਵੀ ਬਿਲਕੁਲ ਤਾਜ਼ੀ ਸੂਈ ਵੀ ਮੱਝ ਹੈ। ਬੱਚਾ ਸਾਹਮਣੇ ਇਹਦਾ ਖੜਾ ਦੋਸਤੋ ਕੱਟਾ ਮੇਲ ਕਾਫ ਹੈ। ਇਹਦੀ ਵੀ ਡਿਟੇਲ ਪੁੱਛ ਲੈਣੇ ਕਲਦੀਪ ਭਾਈ ਕਿੰਨਾ ਸੂਆ ਸੂਈ? ਤੀਜਾ ਸੂਆ ਭਾਈ। ਦਿਨ ਕਿੰਨੇ ਹੋਏ ਆ? ਇਹ ਕੱਲ ਸੂਈ ਹੈ ਭਾਈ। ਕੱਲ ਸੂਈ ਹੈ ਤੀਜਾ ਸੂਆ? ਹਾਂਜੀ। ਠੀਕ ਹੈ ਕੀ ਡਿਮਾਂਡ ਕਰਦੇ? 80,000 ਭਾਈ ਤੋਰੀ। ਸੋ 80,000 ਰੇਟ ਆ ਦੋਸਤੋ। ਦੁੱਧ ਪੀਣ ਵਾਸਤੇ ਤੁਹਾਨੂੰ ਚੰਗੀ ਰਹੂਗੀ, ਥਣ ਹਵਾਨੇ ਦੀ ਸਾਫ਼ ਹੈ। ਤੀਜਾ ਸੂਆ ਅਤੇ ਕੱਲ ਹੀ ਸੂਈ ਹੈ। ਬਾਕੀ ਸੂਆ ਹਮੇਸ਼ਾ ਇਹ ਗੱਲ ਕਰੀਦੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਉਹ ਪਸ਼ੂ ਦੀ ਉਮਰ ਤੋਂ ਕੋਸ਼ਿਸ਼ ਕਰੇ ਸਮਝਣ ਦੀ। ਹਵਾਨਾ ਸੋਹਣਾ ਤਿਆਰ ਆ ਦੱਸੋ, ਤੁਸੀਂ ਵੀਡੀਓ 'ਚੋਂ ਦੇਖ ਰਹੇ ਹੋ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ। ਸੋ ਇਹਦਾ ਇੱਕ ਸਿੰਗ ਦੱਸੋ, ਤੁਸੀਂ ਉਹਦੀ ਸ਼ੇਪ ਥੋੜ੍ਹੀ ਆਪਸ ਵਿੱਚ ਡਿਫਰੈਂਟ ਆ, ਉਹ ਤੁਸੀਂ ਵੀਡੀਓ 'ਚੋਂ ਦੇਖ ਹੀ ਲੈਣੀ। ਬਾਕੀ ਦੁੱਧ ਨੂੰ ਸੋਹਣੀ ਮੱਝ ਨਿਕਲੂਗੀ। 80,000 ਇਹਦਾ ਰੇਟ ਹੈ। ਥੱਲੋਂ ਸਾਫ਼ ਸੁਥਰੀ ਹੈ, ਬਰੀਕ ਚਮੜੀ ਦੀ ਦਿਸਦੀ ਹੈ। ਦੁੱਧ ਵੀ ਸੋਹਣਾ ਇਹਨੂੰ ਦੇਣਾ ਚਾਹੀਦਾ ਜਿਹੜੇ ਹਿਸਾਬ 'ਤੇ ਇਹਦਾ ਸਟਰਕਚਰ ਹੈ ਸੇਵਾ ਦੇ ਨਾਲ। ਥਣ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਇਹਦੇ ਲੱਗਾ। 80,000 ਦੱਸੋ ਇਸ ਮੱਝ ਦਾ ਰੇਟ। ਇੱਕ ਬਿਲਕੁਲ ਤਾਜ਼ੀ ਸੂਈ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ, ਮੱਝ ਠੰਡੀ ਸੀਲ ਫੁੱਲ ਆ ਦੱਸੋ, ਤੁਸੀਂ ਦੇਖ ਸਕਦੇ ਹੋ ਬਾਈ ਉਵੇਂ ਹੀ ਬੈਠ ਰਿਹਾ। ਠੀਕ ਹੈ ਬਾਈ ਰਹਿਣ ਦੇ, ਕੋਈ ਬੱਚਾ ਛੱਡ ਲੂ ਬਾਅਦ 'ਚ। ਜਿਹੜੀ ਇਹ ਗਾਂ ਬਾਈ ਕਹਿੰਦਾ ਸੂਆ ਸੂਈ? ਇਹ ਦੂਜਾ ਸੂਆ ਸੂਈ। ਟਾਈਮ ਇਹਨੂੰ ਕਿੰਨਾ ਹੋਇਆ? ਇਹ 4 ਵਜੇ ਸੂਈ ਹੈ, ਜੇਰ ਹੈ ਜੀ ਪੈਣ ਵਾਲੀ ਬਾਈ। ਠੀਕ ਹੈ 4 ਵਜੇ ਸੂਈ। ਬੱਚਾ ਕੀ ਦਿੱਤਾ ਜੀ? ਇਹ ਬੱਚਾ ਦਿੱਤਾ ਬਾਈ। ਠੀਕ ਹੈ ਕੀ ਰੇਟ ਕਰ ਦਿਓ? ਇਹਦਾ 65,000 ਤੋਰੀ ਨੂੰ। 65,000 ਰੇਟ ਆ ਦੋਸਤੋ ਅਤੇ 4 ਵਜੇ ਦੀ ਸੂਈ ਹਜੇ ਜੇਰ ਇਹਦੀ ਪੈਣ ਵਾਲੀ ਹੈ। ਜੇਰ ਹਜੇ ਬਾਅਦ 'ਚ ਪਊਗੀ। ਥਣ ਹੱਥੀ ਚਵਾਈ ਵਾਲਾ 65,000 ਇਹਦਾ ਰੇਟ ਹੈ। ਤਿਆਰੀ ਜੇ ਤੁਸੀਂ ਦੇਖੋ ਤਾਂ ਸੋਹਣੀ ਹੈ, ਬੰਦ ਹਵਾਨੇ 'ਚ ਦੁੱਧ ਸੋਹਣਾ ਦੇ ਦੂਗੀ ਦੋਸਤੋ। 65,000 ਰੇਟ ਹੈ। ਬਾ ਮੋੜ ਲਾ ਬਾਈ। ਸੋ ਇਹ ਲਾਸਟ ਉੱਤੇ ਤੀਜੇ ਨੰਬਰ 'ਤੇ ਗਾਂ ਸੋਹਣਾ ਥਣ ਦੋਸਤੋ। ਅਗਲਾ ਅਤੇ ਪਿਛਲਾ ਦੋਨੇ ਥਣ ਜਿਹੜੇ ਹੱਥੀ ਚਵਾਈ ਵਾਲੇ ਹੈ। ਜੇਰ ਹਜੇ ਇਹਦੀ ਰਿਸ਼ਕਣੀ ਸ਼ੁਰੂ ਹੋਈ ਹੈ, ਜਦੋਂ ਦੁੱਧ ਥੋੜ੍ਹਾ ਬਹੁਤ ਚੋਇਆ ਜਾਊਗਾ ਤਾਂ ਉਦੋਂ ਬਾਅਦ 'ਚ ਇਹ ਬੈਠੂਗੀ, ਜਿਹਦੇ ਨਾਲ ਜੇਰ ਇਹਦੀ ਪੈਣੀ ਹੈ। ਹਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ। ਮੈਂ ਇਸ ਸਾਈਡ ਤੋਂ ਤੁਹਾਨੂੰ ਇਹਦੇ ਥਣ ਦਿਖਾ ਦਿੰਦਾ। ਥਣ ਇਹਦਾ ਹੱਥੀ ਚਵਾਈ ਵਾਲਾ ਹੈ, ਤੁਸੀਂ ਉਹ ਦੇਖ ਸਕਦੇ ਹੋ। ਠੰਡੀ ਸੀਲ ਹੈ ਵੈਸੇ, ਬਾਕੀ ਆ ਕੇ ਤੁਸੀਂ ਤਸੱਲੀ ਕਰ ਲਿਓ। ਸੋ ਨਾਗ ਦੋਸਤੋ ਅੱਜ ਦੀ ਵੀਡੀਓ 'ਚ ਇਹ 3 ਬਾਈ ਕੋਲ ਵਿਕਰੀ ਵਾਲੇ ਸੀਗੇ, ਜਿਨ੍ਹਾਂ ਦੇ ਵਿੱਚੋਂ ਤਾਜ਼ੀ ਸੂਈ ਗਾਂ ਨਾਲ ਹੀ ਤਾਜ਼ੀ ਸੂਈ ਮੱਝ ਅਤੇ ਇੱਕ ਜਿਹੜੀ ਗੱਭਣ ਗਾਂ ਹੈ। ਤਿੰਨਾਂ ਦੇ ਰੇਟ ਫੁੱਲ ਡਿਟੇਲ ਆਪਦੇ ਵੱਲੋਂ ਵੀਰ ਤੋਂ ਪੁੱਛਦੀ ਹੈ। ਬਾਕੀ ਤੁਸੀਂ ਜੋ ਵੀ ਪਸ਼ੂ ਖਰੀਦਣਾ ਉਹਦੀ ਤਸੱਲੀ ਆ ਕੇ ਕਰ ਸਕਦੇ ਹੋ। ਧੰਨਵਾਦ।